ਸਤਿ ਸ਼੍ਰੀ ਅਕਾਲ ਜੀ ਵਰਲਡ ਪੰਜਾਬੀ ਟੀਵੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਅੱਜ ਅਸੀਂ ਗੱਲ ਕਰਾਂਗੇ ਗੁਰਚਰਨ ਸਿੰਘ ਟੌੜਾ ਜੀ ਦੀ ਜੀ ਹਾਂ ਅੱਜ ਉਹਨਾਂ ਦੀ ਬਰਸੀ ਹੈ ਬਰਸੀ ਤੇ ਅੱਜ ਅਸੀਂ ਜਾਣਾਂਗੇ ਕਿ ਗੁਰਚਰਨ ਸਿੰਘ ਟੌੜਾ ਜੀ ਕੌਣ ਸੀ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਉਹਨਾਂ ਦਾ ਕੰਮਕਾਰ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ ਕਹਿੰਦੇ ਨੇ ਕਿ ਗੁਰਚਰਨ ਸਿੰਘ ਟੌੜਾ ਜਦੋਂ ਵੀ ਕਦੇ ਇਮਾਨਦਾਰੀ ਠਰਮੇ ਅਤੇ ਵੜੱਪਣ ਦੀ ਗੱਲ ਹੋਵੇਗੀ ਉਦੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਜੀ ਦਾ ਜ਼ਿਕਰ ਹੋਵੇਗਾ ਅਤੇ ਜ਼ਿਕਰ ਕੀਤੇ ਤੋਂ ਬਿਨਾਂ ਜਿਹੜੀ ਗੱਲ ਆ ਉਹ ਅੱਗੇ ਨਹੀਂ ਤੁਰ ਸਕਦੀ ਜੈ ਇੰਝ ਕਹਿ ਲਓ ਕਿ ਗੱਲ ਪੂਰੀ ਹੀ ਨਹੀਂ ਹੋ ਸਕਦੀ ਜਥੇਦਾਰ ਟੌੜਾ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਤੱਕ ਦੇ ਸਭ ਤੋਂ ਲੰਮਾ ਸਮਾਂ ਉਹਨਾਂ ਉਹ ਜਿਹੜੇ ਨੇ ਪ੍ਰਧਾਨ ਰਹਿ ਚੁੱਕੇ ਨੇ 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪ੍ਰਧਾਨ ਰਹਿ ਚੁੱਕੇ ਨੇ ਅਤੇ ਆਪਣੀ ਪੂਰੀ ਉਹਨਾਂ ਨੇ ਤਨਦੇਹੀ ਅਤੇ ਇਮਾਨਦਾਰੀ ਨਾਲ ਜਿਹੜਾ ਹੈਗਾ ਉੱਥੇ ਕੰਮ ਕੀਤੇ ਨੇ ਸ਼੍ਰੋਮਣੀ ਕਮੇਟੀ 'ਤੇ ਇੱਕ ਹੱਦ ਤੱਕ ਅਕਾਲੀ ਦਲ ਨੂੰ ਆਪਣੇ ਮੁੱਢਲੇ ਅਸੂਲਾਂ ਤੋਂ ਵੀ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਥਿੜਕਣ ਨਹੀਂ ਸੀ ਦਿੱਤਾ ਜਥੇਦਾਰ ਟੌੜਾ ਸਮੇਂ ਨੀਲੀ ਪੱਗ ਨੂੰ ਲੋਕ ਨੀਲੀ ਘੱਟ ਕਹਿ ਕੇ ਸਗੋਂ ਟੌੜਾ ਰੰਗੀ ਪੱਗ ਜ਼ਿਆਦਾ ਕਹਿ ਕੇ ਖਰੀਦਦੇ ਸੀ ਗੁਰਚਰਨ ਸਿੰਘ ਟੌੜਾ ਦਾ ਜਨਮ ਪਿੰਡ ਟੌੜਾ ਵਿੱਚ ਹੋਇਆ ਸੀਗਾ ਜ਼ਿਲ੍ਹਾ ਪਟਿਆਲਾ ਦੇ ਵਿੱਚ 24 ਸਤੰਬਰ 1924 ਨੂੰ ਹੋਇਆ ਸੀ 1938 ਦੇ ਵਿੱਚ ਜਥੇਦਾਰ ਟੌੜਾ ਇੱਕ ਮੈਂਬਰ ਦੀ ਹੈਸੀਅਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਸੀਗੇ ਅਤੇ 1957 'ਚ ਜਥੇਦਾਰ ਟੌੜਾ ਸ਼੍ਰੋਮਣੀ ਅਕਾਲੀ ਦਲ ਦੇ ਜੂਨੀਅਰ ਮੀਤ ਪ੍ਰਧਾਨ ਬਣੇ ਅਤੇ 1960 ਦੇ ਵਿੱਚ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ 1965 ਦੇ ਵਿੱਚ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੇ ਮੈਂਬਰ ਚੁਣੇ ਗਏ ਸੀ ਦੱਸਿਆ ਜਾ ਰਿਹਾ ਕਿ ਉਸ ਵੇਲੇ ਟੌੜਾ ਸਾਹਿਬ ਰਾਤ ਵੇਲੇ ਬਲਦਾਂ ਨਾਲ ਹੱਲ ਵਾਹੁੰਦੇ ਅਤੇ ਦਿਨ ਵੇਲੇ ਜਿਹੜਾ ਹੈਗਾ ਸਾਈਕਲ 'ਤੇ ਜਾ ਕੇ ਪਿੰਡ ਦੇ ਵਿੱਚ ਪ੍ਰਚਾਰ ਕਰਦੇ ਸੀ ਚੋਣ ਪ੍ਰਚਾਰ ਕਰਦੇ ਸੀ 30 ਨਵੰਬਰ 1972 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਜਥੇਦਾਰ ਟੌੜਾ ਜੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ 25 ਸਾਲ 2 ਮਹੀਨੇ ਦਾ ਲੰਮਾ ਸਮਾਂ ਉਹਨਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਉੱਚ ਅਹੁਦਿਆਂ 'ਤੇ ਰਹਿਣ ਦੇ ਨਾਲ ਨਾਲ ਅਨੇਕਾਂ ਸਿੱਖ ਸੰਸਥਾਵਾਂ 'ਤੇ ਵੀ ਲੰਮਾ ਸਮਾਂ ਜਿਹੜੇ ਹੈਗੇ ਨੇ ਉਹ ਪ੍ਰਧਾਨ ਰਹੇ ਨੇ ਜਿਸ ਕਰਕੇ ਉਹਨਾਂ ਅਕਸਰ ਪ੍ਰਧਾਨ ਜੀ ਕਹਿ ਕੇ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਸੀ ਅੱਜ ਵੀ ਉਹਨਾਂ ਦਾ ਜਿਹੜਾ ਘਰ ਆ ਬਾਲਿਆਂ 'ਤੇ ਟਿਕਿਆ ਹੋਇਆ ਆ ਪਿੰਡ ਦੇ ਵਿੱਚ ਜਿਹੜਾ ਘਰ ਉਹਨਾਂ ਦਾ ਮੌਜੂਦ ਆ ਸੰਨ 1973 ਤੋਂ ਲੈ ਕੇ 1999 ਤੱਕ ਜਥੇਦਾਰ ਟੌੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 4 ਵਾਰ ਚੋਣ ਲੜਨੀ ਪਈ ਪਰ ਬਹੁਤੀ ਵਾਰ ਤਾਂ ਉਹ ਸਰਬਸੰਮਤੀ ਨਾਲ ਹੀ ਪ੍ਰਧਾਨ ਚੁਣੇ ਜਾਂਦੇ ਸੰਨ 1980 'ਚ ਉਹਨਾਂ ਬੀਬੀ ਨਿਰਲੇਪ ਕੌਰ 1984 'ਚ ਆਤਮਾ ਸਿੰਘ ਅਤੇ 1986 ਦੇ ਵਿੱਚ ਕਾਬੁਲ ਸਿੰਘ ਨੂੰ ਹਰਾਇਆ ਸੀ ਅਤੇ 1996 'ਚ ਜਥੇਦਾਰ ਟੌੜਾ ਨੇ ਸਰਦਾਰ ਬਲਦੇਵ ਸਿੰਘ ਸੀਬੀਆ ਨੂੰ ਜਿਹੜਾ ਹੈਗਾ ਪ੍ਰਧਾਨ ਬਣਾਇਆ ਉਹਨਾਂ ਨੂੰ ਅਕਾਲੀ ਦਲ ਦੀ ਅੰਦਰਲੀ ਰਾਜਨੀਤੀ 'ਚ ਅਨੇਕਾਂ ਵਾਰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ 1999 ਤੋਂ 2003 ਤੱਕ 4 ਸਾਲਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 3 ਪ੍ਰਧਾਨ ਬਦਲੇ ਪਰ ਅਖੀਰ ਦੇ ਵਿੱਚ ਜਥੇਦਾਰ ਟੌੜਾ ਜੀ ਨੂੰ ਹੀ ਜਿਹੜਾ ਪ੍ਰਧਾਨ ਬਣਾਇਆ ਗਿਆ ਚੋਣਾਂ ਮੌਕੇ ਟਿਕਟਾਂ ਦੀ ਵੰਡ ਕਰਨੀ ਹੋਵੇ ਜਾਂ ਫਿਰ ਅਕਾਲੀ ਦਲ ਵੱਲੋਂ ਕੋਈ ਬਿਆਨਬਾਜ਼ੀ ਕਰਨੀ ਹੋਵੇ ਕੋਈ ਵੀ ਮਸਲੇ 'ਤੇ ਬਿਆਨ ਦੇਣਾ ਹੋਵੇ ਤਾਂ ਟੌੜਾ ਜੀ ਨੂੰ ਜਿਹੜੀ ਵੱਧ ਅਹਿਮੀਅਤ ਆ ਉਹ ਦਿੱਤੀ ਜਾਂਦੀ ਸੀ 1999 'ਚ ਜਦੋਂ ਗੁਰਚਰਨ ਸਿੰਘ ਟੌੜਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਤੋਂ ਹਟਾਇਆ ਗਿਆ ਉਸ ਵੇਲੇ ਬਾਦਲ ਨੇ ਇਹਨਾਂ ਸੰਸਥਾਵਾਂ ਦੇ ਪ੍ਰਭਾਵ ਨੂੰ ਖੁਦ ਮੁਖਤਿਆਰਹੀਣ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ 'ਤੇ ਦਬਦਬਾ ਕਾਇਮ ਕਰ ਲਿਆ ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਵੀ ਬਿਨਾਂ ਕਿਸੇ ਤਰਤੀਬ ਨਾਲ ਸ਼੍ਰੋਮਣੀ ਕਮੇਟੀ ਜ਼ਰੀਏ ਹਟਾ ਦਿੱਤਾ ਗਿਆ ਸੀ ਉਸ ਵੇਲੇ ਤੋਂ ਇਹਨਾਂ ਸੰਸਥਾਵਾਂ ਦੀ ਮਾਨਤਾ 'ਚ ਗਿਰਾਵਟ ਆਉਣੀ ਸ਼ੁਰੂ ਹੋ ਗਈ 1973 ਤੋਂ ਲੈ ਕੇ 1998 ਤੱਕ ਗੁਰਚਰਨ ਸਿੰਘ ਟੌੜਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ 'ਤੇ ਰਹੇ ਨੇ ਅਤੇ 2003 ਦੇ ਵਿੱਚ ਕੁਝ ਸਮੇਂ ਦੇ ਲਈ ਉਹਨਾਂ ਨੇ ਅਹੁਦਾ ਸਾਂਭਿਆ ਸੀ ਅਤੇ 1 ਅਪ੍ਰੈਲ 2004 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਜਥੇਦਾਰ ਟੌੜਾ ਨੇ ਆਪਣੇ 25 ਸਾਲਾਂ ਦੇ ਕਾਰਜਕਾਲ 'ਚ
ਬਹੁਤ ਹੀ ਕੰਮ ਕੀਤਾ। ਕਿਸੇ ਵੀ ਘਪਲੇ ਦੇ ਵਿੱਚ ਉਹਨਾਂ ਦਾ ਕੋਈ ਵੀ ਨਾਮ ਨਹੀਂ ਸੀ ਆਇਆ, ਕਿਸੇ ਵੀ ਤਰ੍ਹਾਂ ਦੇ ਉਹਨਾਂ 'ਤੇ ਇੰਨੇ ਕਾਰਜਕਾਲ ਦੇ ਸਮੇਂ ਦੇ ਵਿੱਚ ਇਲਜ਼ਾਮ ਨਹੀਂ ਸੀ ਲੱਗੇ। ਅਤੇ ਅਜਿਹੇ ਲੀਡਰਾਂ ਦੀ ਬਹੁਤ ਲੋੜ ਹੈ ਕੌਮ ਨੂੰ। ਅਤੇ ਜਦੋਂ ਜਦੋਂ ਗੱਲ ਵੜੱਪਣ ਦੀ ਹੋਵੇ, ਗੱਲ ਸੱਚਾਈ ਦੀ ਹੋਵੇ, ਗੱਲ ਇਮਾਨਦਾਰੀ ਦੀ ਹੋਵੇ, ਗੱਲ ਕੰਮ ਕਰਨ ਦੀ ਹੋਵੇ, ਤਾਂ ਗੁਰਚਰਨ ਸਿੰਘ ਟੌੜਾ ਜੀ ਦਾ ਨਾਮ ਪਹਿਲੇ ਨੰਬਰ 'ਤੇ ਆਵੇਗਾ। ਅਤੇ ਰਹਿੰਦੀ ਦੁਨੀਆ ਤੱਕ ਹੀ ਇਹਨਾਂ ਦਾ ਨਾਮ ਜਿਹੜਾ ਹੈਗਾ ਹਮੇਸ਼ਾ ਲਿਆ ਜਾਵੇਗਾ। ਸੋ ਅੱਜ ਸਰਦਾਰ ਗੁਰਚਰਨ ਸਿੰਘ ਟੌੜਾ ਜੀ ਦੀ ਬਰਸੀ ਹੈ, ਅਤੇ ਅਸੀਂ ਕੋਸ਼ਿਸ਼ ਕੀਤੀ ਉਹਨਾਂ ਬਾਰੇ ਜਾਣਨ ਦੀ ਕਿ ਆਖਿਰ ਗੁਰਚਰਨ ਸਿੰਘ ਟੌੜਾ ਜੀ ਹੈ ਕੌਣ ਸੀ। ਬਹੁਤ ਲੰਮਾ ਸਮਾਂ ਇਹ ਪ੍ਰਧਾਨ ਰਹੇ, 27 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। ਜੇ ਅਸੀਂ ਗੱਲ ਕਰੀਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਤਾਂ ਉਹਨਾਂ ਨਾਲ ਇਕੱਲੇ ਟਾਕਰਾ ਲੈਣ ਵਾਲੇ ਸੀ ਸਰਦਾਰ ਗੁਰਚਰਨ ਸਿੰਘ ਟੌੜਾ ਜੀ, ਜਿਨ੍ਹਾਂ ਦਾ ਨਾਮ ਅੱਜ ਵੀ ਲਿਆ ਜਾਂਦਾ ਆ, ਜਿਨ੍ਹਾਂ ਨੂੰ ਯਾਦ ਅੱਜ ਵੀ ਕੀਤਾ ਜਾਂਦਾ। ਉਹਨਾਂ ਦੇ ਕੰਮਾਂ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ, ਉਹਨਾਂ ਦੇ ਵੜੱਪਣ ਕਰਕੇ, ਉਹਨਾਂ ਦੇ ਨਰਮ ਵਤੀਰੇ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਆ। ਗੁਰਚਰਨ ਸਿੰਘ ਟੌੜਾ ਜੀ ਨੇ ਬਹੁਤ ਕੰਮ ਕੀਤੇ, ਚਾਹੇ ਉਹ ਕੰਮ ਸਮਾਜਿਕ ਹੋਵੇ, ਚਾਹੇ ਉਹ ਰਾਜਨੀਤਿਕ ਹੋਵੇ, ਵੱਧ ਚੜ੍ਹ ਕੇ ਲੋਕਾਂ ਦੀ ਜਿਹੜੀ ਉਹਨਾਂ ਵੱਲੋਂ ਸੇਵਾ ਕੀਤੀ ਗਈ ਆ। ਅਤੇ ਗੁਰਚਰਨ ਸਿੰਘ ਟੌੜਾ ਜੀ ਦਾ ਨਾਮ ਰਹਿੰਦੀ ਦੁਨੀਆ ਤੱਕ ਕਿਸੇ ਤਰ੍ਹਾਂ ਹੀ ਲਿਆ ਜਾਵੇਗਾ। 1 ਅਪ੍ਰੈਲ ਅੱਜ ਉਹਨਾਂ ਦੀ ਬਰਸੀ ਹੈ, ਅਤੇ ਹਮੇਸ਼ਾ ਹੀ ਉਹਨਾਂ ਦੇ ਕੰਮਾਂ ਕਰਕੇ ਉਹਨਾਂ ਨੂੰ ਯਾਦ ਵੀ ਕੀਤਾ ਜਾਵੇਗਾ। ਸੋ ਸਾਡਾ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਵੈਸੇ ਤਾਂ ਹਰੇਕ ਅੱਜ ਸ਼ਖਸ ਜਾਣਦਾ ਹੈ ਕਿ ਗੁਰਚਰਨ ਸਿੰਘ ਟੌੜਾ ਜੀ ਹੈ ਕੌਣ ਸੀ, ਕੌਣ ਗੁਰਚਰਨ ਸਿੰਘ ਟੌੜਾ ਜੀ। ਜਿਨ੍ਹਾਂ ਨੂੰ ਵੀ ਨਹੀਂ ਪਤਾ, ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਤਾਂ ਜੋ ਉਹ ਵੀ ਗੁਰਚਰਨ ਸਿੰਘ ਟੌੜਾ ਜੀ ਦੇ ਬਾਰੇ ਜਾਣ ਸਕਣ। ਆਖਿਰ ਉਹਨਾਂ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ, ਕਿਵੇਂ ਉਹਨਾਂ ਨੇ ਆਪਣਾ ਜਿਹੜਾ ਸਫ਼ਰ ਸ਼ੁਰੂ ਕੀਤਾ, ਸੋ ਇਸਦੇ ਬਾਰੇ ਜਿਹੜੀ ਹੈਗੀ ਆ ਉਹ ਜਾਣਕਾਰੀ ਹਾਸਿਲ ਕਰ ਸਕਦੇ ਨੇ। ਸੋ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਇਹ ਵੀਡੀਓ ਜ਼ਰੂਰ ਦਿਖਾਓ, ਤਾਂ ਜੋ ਬੱਚੇ ਵੀ ਜਿਹੜਾ ਹੈਗਾ ਆਪਣੀ ਜਾਣਕਾਰੀ ਵਧਾ ਸਕਣ, ਕਿਉਂਕਿ ਕਈ ਵਾਰ ਪੇਪਰਾਂ ਦੇ ਵਿੱਚ ਵੀ ਕੁਐਸਚਨਸ ਆ ਜਾਂਦੇ ਨੇ ਕਿ ਗੁਰਚਰਨ ਸਿੰਘ ਟੌੜਾ ਜੀ ਸੀ ਕੌਣ। ਸਿੱਖ ਧਰਮ ਦੇ ਇਤਿਹਾਸ ਦੇ ਵਿੱਚ ਜ਼ਰੂਰ ਇਹ ਸਵਾਲ ਜਿਹੜੇ ਨੇ ਆਉਂਦੇ ਨੇ। ਸੋ ਆਪਣੀ ਜਾਣਕਾਰੀ ਵੀ ਵਧਾਓ, ਬੱਚਿਆਂ ਨੂੰ ਵੀ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜਾ ਵੀਡੀਓ ਦਿਖਾਓ, ਤਾਂ ਜੋ ਇਹ ਇਨਫੋਰਮੇਸ਼ਨ ਜਿਹੜੀ ਹਰੇਕ ਤੱਕ ਪਹੁੰਚ ਸਕੇ, ਬੱਚੇ ਵੀ ਜਾਣ ਸਕਣ ਆਖਿਰ ਕੌਣ ਸੀ ਗੁਰਚਰਨ ਸਿੰਘ ਟੌੜਾ ਜੀ। ਫਿਲਹਾਲ ਦੇ ਲਈ ਇੰਨਾ ਹੀ, ਅਤੇ ਦਿਓ ਆ ਕਿਆ, ਸਤਿ ਸ਼੍ਰੀ ਅਕਾਲ।